ਦੇਖੋ ਇਸ ਤਰ੍ਹਾਂ ਵੀ ਸੰਤੋਖ ਸਿੰਘ ਜੀ ਕੀ ਸਨ, ਬੜੀ ਸਿੱਧੀ ਗੱਲ ਹੈ, ਉਹ ਸਿੱਖ ਲੀਡਰ ਸਨ, ਸਿੱਖਾਂ ਦੇ ਧਾਰਮਿਕ ਲੀਡਰ ਤਾਂ ਨਹੀਂ, ਲੇਕਿਨ ਸਿੱਖ ਧਰਮ ਦੇ ਵਿੱਚੋਂ ਰਾਜਨੀਤੀ ਕੀਤੀ ਅਤੇ ਰਾਜਨੀਤੀ ਕਰਕੇ ਸਿੱਖ ਧਰਮ ਨੂੰ ਆਪਣੀ ਰਾਜਨੀਤੀ ਰਾਹੀਂ ਮਜ਼ਬੂਤ ਕੀਤਾ। ਇੱਕ ਤਾਂ ਇਹ ਗੱਲ ਸੀ। ਦੂਜੀ ਗੱਲ ਇਹ, ਮੈਂ ਉਹਨਾਂ ਨੂੰ ਸਮਝਦਾ, ਉਹ ਅਨਪੜ੍ਹ ਸੀਗੇ, ਪੜ੍ਹੇ ਨਹੀਂ ਸੀ ਬਹੁਤੇ, ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਮੈਂ ਅਨਪੜ੍ਹ ਲਫ਼ਜ਼ ਦਾ ਵਾਪਸ ਲੈਂਦਾ, ਪੜ੍ਹ ਨਹੀਂ ਸਕੇ ਬਹੁਤਾ, ਲੇਕਿਨ ਉਹਨਾਂ ਨੇ ਪੜ੍ਹਾਈ ਨੂੰ ਵਰਤਮਾਨ ਸਮੇਂ ਦੀ ਸਿੱਖੀ ਦੀ ਸਭ ਤੋਂ ਮਹੱਤਵਪੂਰਨ ਜ਼ਰੂਰਤ ਮੰਨਿਆ। ਉਹਦੇ ਲਈ ਸਕੂਲ ਕਾਲਜ ਜਿਹਨੂੰ ਕਹਿੰਦੇ ਇਨਫਰਾਸਟ੍ਰਕਚਰ, ਉਹ ਪੈਦਾ ਕੀਤਾ। ਤੀਜੀ ਚੀਜ਼ ਵੱਡੀ ਇਹ ਸੀ ਕਿ ਉਹ ਗੱਲ ਕਹਿਣ ਲੱਗੇ, ਮੰਗ ਮੰਗਣ ਲੱਗੇ, ਸ਼ਰਮਾਉਂਦੇ ਨਹੀਂ ਸੀ। ਮੈਂ ਹੈਰਾਨ ਹਾਂ, ਇਹ ਗੱਲ ਕਿਸੇ ਕਿਸੇ ਨੂੰ ਪਤਾ, ਉਹ ਜਦ ਉਹਨਾਂ ਨੂੰ ਪਤਾ ਸੀ ਮੈਂ ਲੀਡਰ ਸਿੱਖਾਂ ਦਾ ਅਤੇ ਮੈਂ ਸਿੱਖਾਂ ਲਈ ਮੰਗਣ ਲੱਗਾ, ਝਿੱਜ ਕਿਉਂ ਦਿਖਾਵਾਂ? ਇਹਦੇ ਲਈ ਚਾਹੇ ਸ਼੍ਰੀਮਤੀ ਇੰਦਰਾ ਗਾਂਧੀ ਸਨ, ਚਾਹੇ ਉਹ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਸਨ, ਚਾਹੇ ਹੋਰ ਵੱਡੇ ਵੱਡੇ ਦੇਸ਼ ਦੇ ਕੌਮੀ ਨੇਤਾ ਸਨ, ਉਹਨਾਂ ਨੇ ਮਜ਼ਬੂਤੀ ਨਾਲ ਸਿੱਖਾਂ ਲਈ ਸਿੱਖ ਕਹਿ ਕੇ ਮੰਗ ਕੀਤੀ। ਅਤੇ ਜਿਹੜੀ ਇਦੋਂ ਵੱਡੀ ਗੱਲ ਹੈ, ਉਹਨਾਂ ਨੇ ਉੱਚੀ ਆਵਾਜ਼ ਨਾਲ ਜਿਹੜੀ ਗੱਲ ਦਿੱਲੀ ਦੇ ਸਿੱਖਾਂ ਨੂੰ ਸੂਟ ਕੀਤੀ ਉਹ ਕੀਤੀ। ਨਤੀਜਾ ਇਹ ਹੈ ਕਿ ਉਹਨਾਂ ਨੂੰ ਸਰਦਾਰੇ ਆਜ਼ਮ ਕੋਈ ਮਾਣ ਦੇਵੇ ਨਾ ਦੇਵੇ, ਲੋਕ ਉਹਨਾਂ ਨੂੰ ਸਰਦਾਰੇ ਆਜ਼ਮ ਕਹਿਣ ਲੱਗ ਗਏ। ਇਵੇਂ ਹੁਣ ਸਰਦਾਰ ਮਨਜੀਤ ਸਿੰਘ ਹੈ, ਮੈਂ ਇਹਨਾਂ ਨੂੰ ਵੀ ਸ਼ੁਭਕਾਮਨਾ ਕਹਿੰਦਾ, ਬਹੁਤ ਤਨੋ ਮਨੋ ਦਿਲੋਂ ਇਹ ਆਪਣੀ ਸਿੱਖ ਧਰਮ ਨੂੰ ਪ੍ਰਮੁੱਖ ਮੰਨ ਕੇ ਚੱਲ ਰਹੇ ਹੈ। ਮੇਰੇ ਨਾਲ ਜਦੋਂ ਗੱਲ ਹੁੰਦੀ ਰਹਿੰਦੀ, ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਕਿ ਤੁਸੀਂ ਰਾਜਨੀਤੀ ਵਾਲੇ ਪੱਖ ਨੂੰ ਓਨਾ ਮਹੱਤਵ ਨਾ ਦਿਓ, ਸਿੱਖਾਂ ਦੀ ਸੇਵਾ ਦੇ ਪੱਖ ਨੂੰ ਮਹੱਤਵ ਦਿਓ। ਇਸੇ ਕਰਕੇ ਦੁਬਾਰਾ ਚੋਣਾਂ ਜਿੱਤ ਗਏ।